ਦੋਵਾਂ ਫੋਰਮਾਂ ਵੱਲੋਂ ਜਿਹੜੇ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਮੋਰਚੇ ਚੱਲ ਰਹੇ ਉਹਨਾਂ ਨੂੰ 23ਵਾਂ ਦਿਨ ਹੋ ਚੁੱਕਾ ਵਾ। ਚੜ੍ਹਦੀ ਕਲਾ 'ਚ ਮੋਰਚਾ ਚੱਲ ਰਿਹਾ ਜਿਹੜਾ ਅੱਜ ਅਸੀਂ ਵੱਖ ਵੱਖ ਰਾਜਾਂ ਤੋਂ ਦਿੱਲੀ ਕੂਚ ਦਾ ਫੈਸਲਾ ਕੀਤਾ ਸੀ ਵੀ ਅੱਜ ਤੋਂ ਬਾਅਦ ਅੱਜ ਅਤੇ ਇਹਦੋਂ ਅੱਗੇ ਸਾਰੇ ਸਾਡੇ ਸੂਬੇ ਦਿੱਲੀ ਵੱਲੋਂ ਚੱਲਣਗੇ। ਕਿਉਂਕਿ ਦੇਖੋ ਅੱਜ ਦਿੱਲੀ ਪਹੁੰਚਿਆ ਨਹੀਂ ਜਾ ਸਕਦਾ, ਮੰਨ ਲਓ ਕੋਈ ਮੱਧ ਪ੍ਰਦੇਸ਼ ਤੋਂ ਚੱਲਦਾ, ਕੋਈ ਤੁਹਾਡਾ ਬਿਹਾਰ ਤੋਂ ਚੱਲਦਾ, ਅੱਜ ਤਾਂ ਪਹੁੰਚੇ ਜਾਂ ਸਾਊਥ ਇੰਡੀਆ ਵਾਲੇ ਤਾਂ 3 ਦਿਨ ਬਾਅਦ ਪਹੁੰਚ ਸਕਦੇ ਆ, ਰਾਜਸਥਾਨ ਵਾਲੇ ਵੀ ਨਹੀਂ ਪਹੁੰਚ ਸਕਦੇ, ਜੇ ਕੋਈ ਪੈਦਲ ਚੱਲੂਗਾ ਤਾਂ ਉਹ ਵੀ ਲੇਟ ਆਊ। ਅਤੇ ਸਾਰੀ ਤਸਵੀਰ 7, 8, 9, 10 ਤੱਕ ਕਲੀਅਰ ਹੋ ਤੋ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ। ਜਿਵੇਂ ਧਾਰਾ 144 ਜਿਹੜੀ ਆ ਉਹ ਜੰਤਰ ਮੰਤਰ 'ਤੇ ਲਾ ਦਿੱਤੀ ਆ, ਦਿੱਲੀ 'ਚ ਲਾ ਦਿੱਤੀ ਆ, ਅਤੇ ਸਾਰੇ ਕਹਿੰਦੇ ਨਾਕੇ ਪੁਖਤਾ ਕਰਤੇ ਆ ਰੇਲ 'ਤੇ ਉਤਰਨ ਲੱਗਾ। ਅਤੇ ਫਿਰ ਇਹ ਚਿਹਰਾ ਨੰਗਾ ਨਾ ਹੋਇਆ ਵੀ ਕਹਿੰਦੇ ਸੀ ਵੀ ਟਰੈਕਟਰ ਟਰਾਲੀਆਂ ਛੱਡ ਕੇ ਤੁਸੀਂ ਦੇਸ਼ ਦੀ ਰਾਜਧਾਨੀ ਜਾ ਦਿਓ, ਇਹਦਾ ਮਤਲਬ ਫੈਸਲਾ ਕਰ ਲਿਆ ਕੇਂਦਰ ਨੇ। ਅਜੇ ਕਿਸਾਨ ਕਦੋਂ ਪਹੁੰਚਦੇ ਤਾਂ ਪਤਾ ਲੱਗੂ ਵੀ ਅਸੀਂ ਕਿਸੇ ਵੀ ਹਾਲਤ ਵਿੱਚ ਦੇਸ਼ ਦੀ ਰਾਜਧਾਨੀ ਵਿੱਚ ਕਿਸਾਨਾਂ ਨੂੰ ਵੜ ਨਹੀਂ ਦੇਣਾ। ਇਹ ਪੂਰੀ ਦੁਨੀਆ ਦੇਸ਼ ਦੇਖੇ ਵੀ ਮੋਦੀ ਸਰਕਾਰ ਕਿ ਚੁਣੀ ਹੋਈ ਸਰਕਾਰ ਵਾਲਿਆਂ ਕੋਈ ਜਮਹੂਰੀ ਸਰਕਾਰ ਵਾਲਾ ਵਿਹਾਰ ਨਹੀਂ ਕਰ ਰਹੀ, ਇੱਕ ਜਿਵੇਂ ਡਿਕਟੇਟ ਕਰੀ ਦੀ ਆ ਵੀ ਦੇਸ਼ ਦੇ ਲੋਕਾਂ ਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾਣ ਨਹੀਂ ਦੇਣਾ। ਪਹਿਲੋਂ ਇਹਨਾਂ ਨੂੰ ਸਾਡੇ ਟਰਾਲੀਆਂ ਅਤੇ ਟੈਂਕ ਟਰੈਕਟਰ ਟੈਂਕ ਕਰਕੇ ਲੱਗਦੇ ਸੀ, ਟਰਾਲੀ ਪਤਾ ਨਹੀਂ ਮੋਰਚੇ ਵਰਗੀ ਲੱਗਦੀ ਸੀ, ਇੱਕ ਤਾਂ ਛੱਡਤਾ। ਹੁਣ ਸਾਡੇ ਜਿਹੜੇ ਕਿਸਾਨ ਪਹੁੰਚ ਰਹੇ ਇਹਨਾਂ ਨੂੰ ਕੀ ਲੱਗਦੇ ਆ? ਸਾਨੂੰ ਕੇਂਦਰ ਦੱਸੇ ਵੀ ਦਿੱਲੀ 4 ਸਵੇਰੇ ਬੈਰੀਕੇਟਿੰਗ ਕਿਉਂ ਆ? ਸਰਵਿਸ ਰੋਡਾਂ ਤੁਸੀਂ ਖੋਲ੍ਹ ਦਿਓ ਸਾਰੀ ਦਿੱਲੀ। ਹੁਣ ਜਦੋਂ ਅਸੀਂ ਫੈਸਲਾ ਕਰ ਲਿਆ ਵੀ ਅਸੀਂ ਤਾਂ ਸ਼ੰਭੂ ਬਾਰਡਰ 'ਤੇ ਖਨੌਰੀ 'ਤੇ ਬਾਰਡਰਾਂ 'ਤੇ ਬਹਿਣਾ, ਜਿੱਦਾਂ ਤੱਕ ਤੁਸੀਂ ਰਾਹ ਨਹੀਂ ਖੋਲ੍ਹਦੇ ਫਿਰ ਦਿੱਲੀ ਦੇ ਵਪਾਰੀਆਂ ਨੂੰ, ਦਿੱਲੀਆਂ ਦੇ ਲੋਕਾਂ ਨੂੰ ਕਿਉਂ ਤੰਗ ਕਰਦੇ? ਹਰਿਆਣੇ ਵਿੱਚ ਜਿਹੜੀ 70,000 ਫੋਰਸ ਲਾਈ ਹੋਈ ਆ, ਅਰਧ ਸੈਨਿਕ ਫੋਰਸ, ਹਰਿਆਣੇ ਨੂੰ ਕਿਉਂ ਤੰਗ ਕੀਤਾ? ਜਿਹੜਾ ਜਿਹੜੇ ਸਾਡੇ ਬਾਰਡਰ 23 ਦਿਨ ਹੋ ਗਏ, 5 ਦਿਨ 28 ਦਿਨਾਂ ਦੇ ਬੰਦ ਨੇ, ਸਾਡੇ ਪੰਜਾਬ ਦਾ ਘਾਟਾ, ਵਪਾਰੀਆਂ ਦਾ ਘਾਟਾ, ਸਾਡੀ ਆਰਥਿਕਤਾ ਦਾ ਘਾਟਾ, ਸਾਰਾ ਕੇਂਦਰ ਨੂੰ ਭਰਨਾ ਚਾਹੀਦਾ। ਇਹ ਕਿਉਂ ਬੰਦ ਕੀਤਾ? ਤਾਂ ਕੇਂਦਰ ਜਵਾਬ ਦੇਵੇ। ਕੇਂਦਰ ਮੰਗਾਂ ਮੰਨਣ ਵਾਸਤੇ ਸੀਰੀਅਸ ਨਹੀਂ ਹੈਗਾ, ਕੇਂਦਰ ਸਾਨੂੰ ਵੰਗਾ ਰਿਹਾ ਵੀ ਤੁਸੀਂ ਲੰਮਾ ਮੋਰਚਾ ਚਲਾਓ, ਫਿਰ ਮਰਦਾ ਕੀ ਨਹੀਂ ਕਰਦਾ, ਉਦੋਂ ਤੱਕ ਮੋਰਚਾ ਚਲਾਵਾਂਗੇ ਜਿੰਨਾ ਚਿਰ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ।